ਅਸਲਾਮੁਅਲੈਕੁਮ ਦੋਸਤੋ, ਕੀ ਹਾਲ ਹੈ? ਠੀਕ ਠਾਕ ਸਿੱਧਾ ਇੱਦਾਂ ਠੀਕ ਨੇ? ਲਓ ਦੋਸਤੋ, ਸ਼ੌਕ ਆ ਲੈਣਾ ਬੱਚੇ ਦੇ ਪੱਠੀਆਂ ਪੱਠੇ ਹੈਗੇ ਨੇ 30 ਪੀਸ, ਠੀਕ ਹੈ? ਅਤੇ ਵਿੱਚ ਉੱਡੇ ਉਡਾਏ ਵੀ ਆ, ਵਿੱਚ ਪੋਰੇ ਵੀ ਨੇ। ਬਾਕੀ ਆ ਸ਼ੌਕ ਆ ਲੈਣਾ ਜੇ ਬੱਚੇ ਗਰੰਟਡ ਨੇ, ਠੀਕ ਹੈ? 30 ਪੀਸ ਨੇ, ਪੱਠੀਆਂ ਪੱਠੇ ਵੀ ਉੱਡੇ ਉਡਾਏ ਨੇ। ਅਤੇ ਸ਼ੌਕ ਆ ਲੈਣਾ ਤਾਂ ਜਿਸ ਦੋਸਤ ਦੀ ਸਮਝ ਚਾਹੇ ਰਾਬਤਾ ਕਾਲ ਵਟਸਐਪ ਕਰ ਲੈਣਾ 0300872007827, ਠੀਕ ਹੈ? ਲੋਕੇਸ਼ਨ ਫੈਸਲਾਬਾਦ ਹੈ, ਕਾਰਗੋ ਹੋਏਗਾ ਪਾਕਿਸਤਾਨ। ਇਹਦੇ ਵਿੱਚ ਗੋਲਡਨ ਅਤੇ ਮੋਤੀਆਂ ਵਾਲੇ ਹੈਗੇ ਨੇ, ਠੀਕ ਹੈ? ਅਤੇ ਬਾਕੀ ਜਨਾਬ ਆ ਵੇਖ ਲੈਣੇ ਨੇ, ਠੀਕ ਹੈ? ਇਹ ਇੱਕ ਦੋ ਦੋ ਪਰਦੇ ਹੈਗੇ ਨੇ, ਅਤੇ ਗੋਲਡਨ ਵਿੱਚ ਜ਼ਿਆਦਾ ਵਾ ਅਤੇ ਸਿਆਲਕੋਟੀ ਮੋਤੀਆਂ ਵਾਲੇ ਨੇ, ਠੀਕ ਹੈ? ਅਤੇ 30 ਹੈਗੇ ਨੇ ਟੋਟਲ, ਕੁਛ ਆਹ ਹੈਗੇ ਨੇ, ਬਾਕੀ ਆ ਪੱਠੀਆਂ ਪੱਠੇ ਨੇ। ਅਤੇ ਬਾਕੀ ਜਨਾਬ ਆ ਦੇਖ ਕੇ ਅਤੇ ਰਾਬਤਾ ਕਾਲ ਵਟਸਐਪ ਕਰ ਲੈਣਾ ਜੀ 0300872007827, ਠੀਕ ਹੈ? ਲੋਕੇਸ਼ਨ ਫੈਸਲਾਬਾਦ ਹੈ, ਕਾਰਗੋ ਹੋਏਗਾ ਪਾਕਿਸਤਾਨ। 30 ਪੀਸ ਨੇ, ਠੀਕ ਆ, ਪੱਠੀਆਂ ਪੱਠੇ ਅਤੇ ਬੱਚੇ। ਬਾਕੀ ਆਹ ਦੇਖ ਲਓ, ਆਹ ਸਿਆਲਕੋਟੀ ਹੈਗਾ ਜੀ ਜੋਨਸਰਾ, ਠੀਕ ਹੈ? ਤਕਰੀਬਨ 15 ਬੱਚੇ ਆ, 15 ਕੁ ਪੱਠੀਆਂ ਪੱਠੇ ਨੇ, ਠੀਕ ਹੈ? ਅਤੇ ਬਾਕੀ ਜਿਸ ਤੋਂ ਅਸੀਂ ਸਮਝ ਆਏ ਰਾਬਤਾ ਕਾਲ ਵਟਸਐਪ ਕਰ ਲੈਣਾ 0300872007827, ਠੀਕ ਹੈ? ਲੋਕੇਸ਼ਨ ਫੈਸਲਾਬਾਦ, ਕਾਰਗੋ ਹੋ ਜਾਏਗਾ ਪਾਕਿਸਤਾਨ। ਅਤੇ ਬਾਕੀ ਜਨਾਬ ਆ ਵੇਖ ਲੈਣੇ ਨੇ, ਅਤੇ ਜਿਸ ਤੋਂ ਅਸੀਂ ਸਮਝ ਆਏ ਰਾਬਤਾ ਕਾਲ ਕਰ ਲੈਣਾ ਜੇ 0300872007827, ਤੇ ਠੀਕ ਹੈ? ਇਹ ਹੈਗੇ ਨੇ 30 ਪੀਸ, ਪੱਠੀਆਂ ਪੱਠੇ ਅਤੇ ਬੱਚੇ। ਬਾਕੀ ਜਨਾਬ ਆ ਵੇਖ ਲੈਣੇ ਨੇ, ਜਿਸ ਤੋਂ ਉਹਦੀ ਸਮਝ ਆਏ ਰਾਬਤਾ ਕਾਲ ਕਰ ਲੈਣਾ। ਲੋਕੇਸ਼ਨ ਫੈਸਲਾਬਾਦ ਹੈ, ਕਾਰਗੋ ਹੋ ਜਾਏਗਾ ਪਾਕਿਸਤਾਨ, ਠੀਕ ਹੈ? ਆਹ ਨੀਲਾ ਘੁਮਾਗਰ ਜੇ ਬੱਚਾ। ਬਾਕੀ ਜਨਾਬ ਦੋ ਦੋ ਪਰ, ਠੀਕ ਆ, ਵਿੱਚ ਪੰਜ ਪੰਜ ਪਰ, ਚਾਰ ਚਾਰ ਪਰ ਅਤੇ ਪੱਠੀਆਂ ਪੱਠੇ ਨੇ। ਬਾਕੀ ਜਨਾਬ ਆ ਵੇਖ ਲੈਣੇ, ਜਿਸ ਤੋਂ ਉਹਦੀ ਸਮਝ ਆਏ ਰਾਬਤਾ ਕਰ ਲੈਣਾ, ਠੀਕ ਹੋ ਗਿਆ? ਬਾਕੀ ਜਨਾਬ ਵੇਖ ਲੈਣੇ ਨੇ, ਪੱਠੀਆਂ ਪੱਠੇ ਅਤੇ ਬੱਚੇ। ਆਹ ਗੋਲਡਨ ਹੈਗਾ ਜੀ, ਗੋਲਡਨ ਵੀ ਕਾਫੀ ਪੀਸ ਆ, ਸਿਆਲਕੋਟੀ ਵੀ ਕਾਫੀ, ਠੀਕ ਆ? ਬਾਕੀ ਜਨਾਬ ਆ ਵੇਖ ਲੈਣੇ ਨੇ ਥੱਲੇ ਜਿਹੜੇ ਹੈਗੇ ਨੇ, ਬਾਕੀ ਆਹ ਵੇਖ ਕੇ ਰਾਬਤਾ ਕਾਲ ਕਰ ਲੈਣਾ, ਇਨਸ਼ਾਅੱਲਾ ਮਿਲ ਜੂਗੇ। ਇਹ ਹੈਗੇ ਨੇ 30 ਪੀਸ, ਠੀਕ ਹੈ? 30 ਪੀਸ ਨੇ, ਅਤੇ ਵਿੱਚ ਜ਼ਿਆਦਾ ਸਿਆਲਕੋਟੀ ਅਤੇ ਗੋਲਡਨ ਅਤੇ ਇਸ ਕੈਟਾਗਰੀ ਦੇ ਹੈਗੇ ਨੇ। ਪੱਠੀਆਂ ਅੱਧੇ, ਯਾਨੀ ਕਿ ਪੱਠੀਆਂ ਪੱਠੇ ਲਾ ਲਓ ਅਤੇ ਅੱਧੇ ਬੱਚੇ। ਬਾਕੀ ਜਿਸ ਤੋਂ ਉਹਦੀ ਸਮਝ ਆਏ ਰਾਬਤਾ ਕਰ ਲਿਓ ਅਤੇ ਮਿਲ ਜੂਗੇ ਇਨਸ਼ਾਅੱਲਾ। ਲੋਕੇਸ਼ਨ ਆਪਣੀ ਫੈਸਲਾਬਾਦ ਹੈ, ਕਾਰਗੋ ਹੋ ਜਾਏਗਾ ਪਾਕਿਸਤਾਨ। ਬਾਕੀ ਆ ਜਾਓ ਉੱਪਰ, ਠੀਕ ਹੈ ਜੀ? 30 ਪੀਸ ਪੂਰੇ ਨੇ। ਬਾਕੀ ਜਿਨ੍ਹਾਂ ਨੇ ਬਿਜਨਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਕਰ ਲੈਣਾ, ਪਹਿਲਾਂ ਹੀ ਕਹਿੰਦਾ ਬਟਨ ਦਬਾ ਲੈਣਾ, ਤਾਂ ਕਿ ਹਰ ਵੀਡੀਓ ਤੁਹਾਡੇ ਕੋਲ ਆਸਾਨੀ ਆਏ।